भतीजे बादशाह बड़े बादशाह पुत्र पठे नौवे पर्दे दिखाओ दिखाओ अख का शौक कराओ उसका अख का शौक कराओ रोज दोस्तों की अख देख रही है नौवे पर्दा पठा है हले पठा जी नौवे पर्दा और मजीद ने अपनी अख नले संवारना है बनाना है लेकिन फिर भी वो बहुत कुछ वाजिया कर रही अखे भी यदि अपना तुसी देखो पलक बहुत प्यारी सी ऐसा भी कुंदा देखो ए कुंदा चेक करो जी माशाल्लाह मतलब इन्ना जोर है उन्होंने हाँ फड़े नहीं ना कभी देखो माशाल्लाह पढ़ती मंत्र चेक करो भाई जी देखो दिखाओ जी उधर अच्छा जी देखो कमाल कुंदा जी लगा है ओदा सक्का भाई है जी जी उमर याद भाई सही कह रहे हैं आप ये भी नौवे पर्दा सक्का भाई है उन्होंने जी ठीक हो गया ठीक ये बड़े बादशाह का ओदा कजन है लो जी देखो इस कबूतर के पल्ले हरहुणा बासी साहब बहुत शुक्रिया जी सर ये वही कबूतर है हमारी याद भाई जो आप कह रहे हैं जौनसरे कबूतर ही हैं ये देखें ये वो जौनसरे उड़ते हैं उड़ते हैं कबूतर का कुंदा देखो लो जी पठा ही हाल है जंग 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 पठा हुन ही होया नवे पर्दा पर्दा हो गया ऐदा बिल्कुल आ पंजे देखो ये खुशक बनियां दे कबूतर ने माशाल्लाह जी सारे ऐदी अख देखो ऐ देखो पहले जी 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 अगों जोड़े ला के पठे कढ़ाए और दुनिया का कोई बंदा ऐसा नहीं इन्हू हाथ च फड़ के कह सकता कि उड़न के नहीं बिल्कुल सही कह रहे मैं उस बंदे नूं कबूतर बाज नहीं मनूंगा जो इन्होंने ऐस अपना तजर्बे दे नाल जो कढ़ाया ना हड्डियां दे सैद पूरे लत्तां सही पंजे सही आ दुंब देख लो तुसीं उत्तों खाड़ी देख लो उत्तों परेल आ और कुंडा देख लो तुसीं अच्छा रबानी साहब कितना करसा हो गया कबूतरां नूं ए सेटअप बनाए नूं इत्थे 4 साल होए इत्थे 4 साल होए इस तो पहले किथे बनाया सी इस तो पहले कोई मेरे को टंग रोड ते रखे सी साल ते रखे सी अच्छा जी हां लेकिन मैं खुद ही कभी किसी को देखन नहीं गया जी जी खुद ही दो चार कबूतरे अपने भरावां दे शौक पिया फिर मेरा बड़ा भाई है बहुत नामवर कबूतर बाद सी ते बहुत पहचान वाला सी जी 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 हां जी उसने ओदी हल देख के शौक पैदा होया हाथ साफ करा दो बिठ करा के यार लिया करो कबूतर की ना देखो जी कबूतर उड़िया बेटा पक्की अक दा कबूतर बहुत आला बहुत आला बरीक उंगलियां के कबूतर ने माशाल्लाह पक्के पंजे आले
ਵੱਡਾ ਕਬੂਤਰ ਹੈ ਜੀ ਮਾਸ਼ਾਅੱਲਾ। ਆ ਭਾਈ ਹੁਣੀ ਬਸ ਇੱਦਾਂ ਹੀ ਹੈ ਵਿਚਾਰੇ, ਇਹਨਾਂ ਨੂੰ ਸ਼ੌਕ ਸ਼ੌਕ ਬਸ ਹੁੰਦੀ ਹੈ, ਬਸ ਦਾਣਾ ਪਾਉਂਦੇ ਆ। ਹਾਂਜੀ ਦਾਣਾ ਦੂਣਾ ਪਾਉਂਦੇ ਆ ਭਾਈ, ਉਹਨਾਂ ਨੇ ਸਿਰਫ ਰੱਖਿਆ ਦੇਖਭਾਲ ਵਾਸਤੇ। ਅੱਖ ਦਿਖਾਓ ਜੀ, ਕਬੂਤਰ ਬਹੁਤ ਤਗੜਾ ਹੈ। ਲਓ ਜੀ ਦੋਸਤੋ, ਇਹ ਜਿਹੜੇ ਬੁੱਢਾ ਕਬੂਤਰ ਜਿਹਨੂੰ ਕਹਿੰਦੇ ਆ ਨਾ, ਇਹ ਉਹ ਕਬੂਤਰ, ਇਹਨਾਂ ਦਾ ਬਰੀਡਰ ਮਾਸ਼ਾਅੱਲਾ। ਠੀਕ ਹੋ ਗਿਆ ਯਾਰ, ਮੇਰੀ ਗੱਲ ਸੁਣੋ, ਛੱਡ ਦੋ ਇਹਨੂੰ। ਇੱਧਰ ਇਸ ਖੁੱਡੇ 'ਚ ਨਾ ਇੱਕ ਮਾਦੀ ਸੀ, ਜੌਨ ਸ਼੍ਰੀ ਦੇਖੀ ਚੂਈ ਟੈਪ ਮਾਦੀ ਹੈ, ਠੀਕ ਹੈ। ਉਹ ਮਾਦੀ ਇਕੱਲੀ ਲਿਆਉਣੀ ਹੈ, ਬਾਕੀ ਭਾਵੇਂ ਬਾਅਦ 'ਚੋਂ ਸਹੀ, ਸਿਰਫ ਉਹ ਮਾਦੀ ਇੱਕ ਦੇਖਣੀ ਹੈ। ਉਸ ਮਾਦੀ ਦਾ ਸ਼ੌਕ ਕਰਾਉਣਾ ਨਹੀਂ, ਜੌਨ ਸ਼੍ਰੀ ਮਾਦੀ ਹੈ ਮੋਤੀਆਂ ਜੀ ਵਾਲੀ, ਇਹ ਮੇਰੇ ਖਿਆਲ 'ਚ ਇਹ ਬੈਠੀ, ਇਹ ਫੜੋ, ਇਹ ਮਾਦੀ ਫੜ ਕੇ ਲਿਆਓ, ਇਹ ਮਾਦੀ ਦਿਖਾਓ, ਇਹ ਮਾਦੀ ਦਿਖਾਓ। ਹਾਂਜੀ ਇੱਧਰ ਨੂੰ ਜੀ 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 ਮਾਸ਼ਾਅੱਲਾ। ਲਓ ਜੀ ਦੋਸਤੋ, ਸਭ ਤੋਂ ਪਿਆਰਾ ਪੱਲਾ ਮੈਨੂੰ ਇਸ ਮਾਦੀ ਦਾ ਲੱਗਾ ਸੀ, ਠੀਕ ਹੈ। ਜਦੋਂ ਮੈਂ ਪਹਿਲੇ ਸ਼ੌਕ ਕੀਤਾ ਤਾਂ ਮੈਂ ਕਿਹਾ ਦੋਸਤਾਂ ਨੂੰ ਵੀ ਕਰਾਵਾਂ, ਇਹ ਭਾਈ ਨੇ ਫੁੱਲ ਪੱਲਾ ਖੋਲ੍ਹਿਆ ਹੈ, ਲੇਕਿਨ ਪਰ ਤੇ ਪਰ ਚੜਿਆ ਹੋਇਆ ਜੀ, ਠੀਕ ਹੈ। ਇਹ ਦੇਖੋ ਮਾਸ਼ਾਅੱਲਾ, ਬਰੀਕ ਸਿਲਾਈ, ਠੀਕ ਹੈ, ਬਰੀਕ ਟਿਸ਼ੂ, ਬਗਲ ਅੱਛੀ, ਠੀਕ ਹੈ। ਤੁਹਾਨੂੰ ਇਹਦੀ ਅੱਖ ਦਿਖਾਵਾਂਗਾ ਤਾਂ ਤੁਹਾਨੂੰ ਹੋਰ ਮਜ਼ਾ ਆਏਗਾ। ਤਾਂ ਹੱਡੀ ਜੋੜ ਬਹੁਤ ਅੱਛਾ ਹੈ, ਇਹ ਮੈਂ ਖੁਦ ਕਬੂਤਰੀ ਪਕੜ ਕੇ ਸ਼ੌਕ ਕੀਤਾ। ਉਸਤਾਦ ਜੀ ਸਿਰਫ ਇਹ ਮਾਦੀ ਦਾ ਜ਼ਰਾ ਸ਼ੌਕ ਕਰਾ ਲੈਂਦੇ, ਇਹ ਬਰੀਕ ਪੰਜੇ, ਖੁਸ਼ਕ ਪੰਜੇ, ਨਾਖੁਨ ਦੇਖੋ ਕਿੱਡੇ ਲੰਬੇ ਆ, ਔਰ ਮਾਸ਼ਾਅੱਲਾ ਇਹ ਆਪ 'ਚ ਉੱਡਦੀ ਉੱਡਦੀ ਹੈਗਾ, ਕਰਾਸਾਂ 'ਚ ਬੜਾ ਅੱਛਾ ਕੰਮ ਕਰਦੇ ਆ, ਦਿਖਾਓ ਜੀ। ਲਓ ਹੁਣ ਇਹਦੀ ਅੱਖ ਦਾ ਸ਼ੌਕ ਕਰੋ ਜੀ, ਮਜ਼ਾ ਆਏਗਾ ਇਨਸ਼ਾਅੱਲਾ ਤੁਹਾਨੂੰ ਅੱਖ ਦੇਖ ਕੇ। ਜਾਲੀਦਾਰ ਅੱਖ ਹੈ ਮਾਸ਼ਾਅੱਲਾ, ਦੇਖੋ, ਠੀਕ ਹੈ, ਬੜਾ ਕੰਮ ਅੱਛਾ ਕਰਦੇ ਪਏ, ਇਹਨੂੰ ਇੱਥੇ ਛੱਡੋ, ਜ਼ਰਾ ਛੱਡ ਦਿਓ। ਲਓ ਜੀ ਇਹ ਮਾਦੀ ਹੈ, ਅਤੇ ਇਹ ਦੇਖੋ ਸ਼ੌਕ, ਬਹੁਤ ਅੱਛੀ ਮਾਦੀ। ਹਾਂਜੀ ਉਸਤਾਦ ਜੀ ਬਣ ਗਈ ਸੀ, ਦਿਖਾਓ ਕਿਹੜਾ। ਇੱਥੇ ਇੱਕ ਕਬੂਤਰੀ, ਇੱਕ ਮੱਗਰ, ਠੀਕ ਹੈ, ਇਹਦੀ ਭੈਣ ਹੈ, ਇਹਦੀ ਭੈਣ ਹੈ। ਹਾਂਜੀ ਇਹ ਬਾਪ ਡਿਫਰੈਂਟ ਸੀ ਜਾਂ ਸੇਮ ਬਾਪ? ਸੇਮ, ਇੱਕ ਹੀ ਮਾਂ ਪਿਓ, ਇੱਕ ਹੀ ਮਾਂ ਪਿਓ। ਸਹੀ, ਇਹ ਮੱਗਰ ਵੀ ਕੱਢਦੇ ਨੇ, ਚੀਨੇ ਵੀ ਕੱਢਦੇ ਨੇ, ਸਹੀ ਸਹੀ, ਜੌਨ ਸ਼੍ਰੀ ਵੀ ਕੱਢਦੇ ਨੇ, ਸਹੀ ਸਹੀ। ਹੋ ਜੀ ਇਹਦਾ ਪੱਲਾ ਛੱਡ ਦਿਓ, ਮੈਂ ਹੁਣ ਤੁਹਾਨੂੰ ਦੱਸਦਾ ਕਬੂਤਰੀ ਉਹ ਫੜਨੀ ਤੁਸੀਂ, ਠੀਕ ਹੈ। ਕਿੱਧਰ ਗਈ ਚੀਨੀ ਜੀ ਕਬੂਤਰੀ? ਇਹ ਬੈਠੀ, ਇਹ ਕਬੂਤਰੀ ਫੜ ਕੇ ਲਿਆ। ਲਓ ਜੀ ਇਹ ਸ਼ੌਕ ਕੀਤਾ ਹੁਣ ਤੁਸੀਂ, ਜੀ ਯਾਰ ਹੁਣ ਵਾਸੀ ਸਾਹਿਬ ਬਹੁਤ ਸ਼ੁਕਰੀਆ ਜੀ। ਲਓ ਜੀ ਇੱਕ ਮਾਦੀ ਹੈ ਵੀ, ਰਿਜ਼ਲਟਡ ਮਾਦੀ ਇਹਨਾਂ ਦੀ ਇਹ ਵੀ ਮਾਸ਼ਾਅੱਲਾ। ਉਮੀਦ ਹੈ ਤੁਹਾਨੂੰ ਪਸੰਦ ਆਏਗੀ, ਇਹਦਾ ਤੁਹਾਨੂੰ ਸ਼ੌਕ ਕਰਾਉਂਦੇ ਹਾਂ ਮਾਸ਼ਾਅੱਲਾ, ਸ਼ਰਮੀਲੀ ਮਾਦੀ ਦਾ। ਇਹਦਾ ਪੱਲਾ ਖੁੱਲ੍ਹਿਆ, ਇਹਦਾ ਪੱਲਾ ਖੁੱਲ੍ਹਿਆ। ਲਓ ਜੀ ਇਹਦਾ ਪਰ ਦੇਖੋ ਮਾਸ਼ਾਅੱਲਾ, ਆ ਗਿਆ ਉਸਤਾਦ ਜੀ, ਆ ਗਿਆ। ਲਓ ਜੀ ਇਹ ਜਿਹੜੇ ਬਾਦਸ਼ਾਹ ਕਬੂਤਰ ਹੈ ਨਾ, ਇਹ ਸਾਰੇ ਉਹ ਬਾਦਸ਼ਾਹ ਕਬੂਤਰਾਂ ਦੀ ਬਰੀਡ ਹੈ ਜੀ। ਸਭ ਤੋਂ ਪਹਿਲੇ ਇਹ ਹੀ ਦੇਖ ਲਓ ਜੀ, ਮੇਨ ਕਬੂਤਰ, ਠੀਕ ਹੈ, ਇਹ ਨਾਲ ਇਹ ਕੋ ਸਾਰੇ ਧੀਆਂ ਪੁੱਤਰ। ਹਾਂਜੀ ਸਾਹ ਜੀ ਪਹਿਲੇ ਉਹੀ ਦਿਖਾਇਆ, ਸਭ ਤੋਂ ਪਹਿਲੇ ਇਹ ਹੀ ਦਿਖਾਇਆ, ਵੱਡਾ ਇੱਕ, ਇਹ ਵੱਡਾ, ਠੀਕ ਹੈ, ਇਹ ਦੂਸਰਾ ਭਰਾ, ਦੋਵੇਂ ਇਹ ਦੋਵੇਂ ਭਰਾ ਨੇ ਜੀ, ਠੀਕ ਹੈ। ਇਹ ਕੋ ਇਹਨਾਂ ਦੀ ਆਲ ਔਲਾਦ ਹੈ ਸਾਰੀ, ਇਹਨਾਂ ਦੀ ਸਾਰਿਆਂ ਦੀ ਆਲ ਔਲਾਦ ਹੈ। ਦੇਖੋ ਮਾਸ਼ਾਅੱਲਾ ਬੜੇ ਮਾਸ਼ਾਅੱਲਾ ਅੱਛੇ ਕਬੂਤਰ ਨੇ। ਬੜਾ ਜਨੂਨ ਆ ਜੀ ਭਾਈ ਜੀ ਜੀ ਹਾਂਜੀ, ਕਬੂਤਰ ਹੀ ਮਾਸ਼ਾਅੱਲਾ ਜਨੂਨੀ ਹੈ ਜੀ। ਇੰਨੇ ਅੱਛੇ ਕਬੂਤਰ ਹੋਣ ਤੇ ਬੰਦੇ ਨੂੰ ਜਨੂਨ ਤੇ ਵਰਾਪ ਹੀ ਆ ਜਾਂਦਾ ਜੀ। ਇੰਨੇ ਇੰਨੀ ਦੁਨੀਆ ਪੈਸੇ ਵੀ ਖਰਚ ਦੀ ਕਬੂਤਰ ਲਿਆਂਦੀ, ਐਸੇ ਕਬੂਤਰ ਨਹੀਂ ਹੈਗੇ।
ਲੋ ਜੀ ਡੱਕ ਦੋ ਉਸਤਾਦ ਜੀ ਹੁਣ ਇਹਨਾਂ ਨੂੰ ਪਾਉਂਦੇ ਬਹੁਤ ਅੱਛੇ ਕਰ ਸਕਦੇ ਬਹੁਤ ਅੱਛੇ ਸਾਰੇ ਉੱਪਰ ਲੈ ਅੰਤਰ ਸਾਰੇ ਮਾਸ਼ਾ ਅੱਲਾਹ ਹਾਂਜੀ ਬਹੁਤ ਅੱਛੀਆਂ ਕਲੋਨੀਆਂ ਕਬੂਤਰਾਂ ਦੀਆਂ ਮਾਸ਼ਾ ਅੱਲਾਹ ਭਰਪੂਰ ਦੇ ਵਿੱਚ ਨੇ ਪੈਸੇ ਪੁੱਠੇ ਘਰ ਦੇ ਇੱਥੇ ਉੱਡੇ ਆ ਜੀ 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 ਅੰਦਰ ਕਰਦੀ ਦੇਖੋ ਜੀ ਟੈਡੀ ਲਓ ਜੀ ਦੇਖੋ ਜੀ ਗੁਲਾਬੀ ਡੋਰਿਆਂ ਵਾਲੇ ਟੈਡੀ ਕਬੂਤਰ ਨੇ ਜੀ ਮਾਸ਼ਾਅੱਲਾ ਬਹੁਤ ਅੱਛਾ ਇਹਨਾਂ ਦਾ ਕੁੰਡਾ ਦੇਖੋ ਕ੍ਰੀਚ ਪਏ ਆ ਕਬੂਤਰ ਖੋਲੋ ਕੋਈ ਵੀ ਖੋਲੋ ਜਿਹੜਾ ਮਰਜ਼ੀ ਲਓ ਜੀ ਇਹਨਾਂ ਦਾ ਪੱਲਾ ਦੇਖੋ ਕ੍ਰੀਚ ਪਏ ਆ ਬਹੁਤ ਅੱਛਾ ਜੀ ਦਰਵਾਜ਼ਾ ਜ਼ਰਾ ਹਾਂ ਬਸ ਬਾਅਦ ਚ ਲਾਈਵ ਨੀ ਹੋਇਆ ਕੀ ਗਿਆ ਜਾਂ ਫਿਰ ਬਾਅਦ ਚ ਵੀਡੀਓ ਰਿਕਾਰਡ ਕਰ ਲਾਂਗੇ ਹੁਣ ਕਿੱਦਾਂ ਵੀ ਜਾਣਾ ਬੱਚੇ ਛੱਡੇ ਆ ਜੀ ਇੱਧਰ ਨਾਲ ਵੱਡੇ ਵੀ ਹੈ ਨੇ ਜੀ ਬੱਚਿਆਂ ਦੇ ਨਾਲ ਨਾਲ ਵੱਡੇ ਵੀ ਹੈ ਜੀ ਸਾਹਿਬ ਜੀ ਲਓ ਜੀ ਟੈਡੀ ਕਬੂਤਰ ਇਹ ਵੀ ਮਾਸ਼ਾਅੱਲਾ ਠੀਕ ਹੈ ਇਹਦਾ ਰੰਗ ਰੂਪ ਕਿਲੇ ਦੇਖੋ ਠੀਕ ਹੈ ਅਤੇ ਇਹ ਦੇਖੋ ਰੰਗ ਰੂਪ ਇਹਦਾ ਬੜਾ ਮਾਸ਼ਾਅੱਲਾ ਅੱਛਾ ਕਬੂਤਰ ਹੈ ਲਓ ਜੀ ਅੱਖ ਚੈੱਕ ਕਰੋ ਇਹਦੀ ਮਾਸ਼ਾਅੱਲਾ ਗੁਲਾਬੀ ਅੱਖ ਦਾ ਲਓ ਜੀ ਇਹਦਾ ਪਰ ਪੁਰਜ਼ਾ ਮਾਸ਼ਾਅੱਲਾ ਜੀ ਪੰਜੇ ਚੈੱਕ ਕਰੋ ਮਾਸ਼ਾਅੱਲਾ ਛੱਡੋ ਇੱਧਰ ਛੱਡ ਦਿਓ